ਦੇਖੋ ਜੀ, ਮੈਂ ਕਿਸਾਨ ਭਰਾਵਾਂ ਦਾ ਦਿਲ ਤਾਂ ਨਹੀਂ ਤੋੜਨਾ ਚਾਹੁੰਦਾ, ਮਗਰ ਮੈਂ ਅਸਲੀਅਤ ਗੱਲ ਕਰੇ ਬਗੈਰ ਵੀ ਨਹੀਂ ਰਹਿ ਸਕਦਾ। ਤੁਸੀਂ ਅੱਜ ਦੇ ਮੁਆਵਜ਼ੇ ਦੀ ਗੱਲ ਕਰਦੇ ਹੋ, 17 ਦੀ ਜਦ ਦੀ ਸਰਕਾਰ ਬਣੀ ਹੈ, ਦੱਸੋ ਕਿਹਨੂੰ ਮੁਆਵਜ਼ਾ ਮਿਲਿਆ? ਇਹ ਬਾਰਿਸ਼ ਤਾਂ ਹਰ ਸੀਜ਼ਨ ਹੁੰਦੀ ਹੈ ਅਤੇ ਹਰ ਸੀਜ਼ਨ ਬਾਰਿਸ਼ ਹੋਈ ਆ, ਹਰ ਸੀਜ਼ਨ ਮੁਆਵਜ਼ੇ ਦਾ ਵਾਅਦਾ ਹੋਇਆ, ਗੜੇਮਾਰੀ ਹੋਈ ਜਾਂ ਬਾਰਿਸ਼ ਕਰਕੇ, ਮਗਰ ਮੁਆਵਜ਼ਾ ਮਿਲਿਆ ਕੋਈ ਨਹੀਂ ਅੱਜ ਤੱਕ। ਅੱਜ 17-18 ਆਪਾਂ 19 ਮੁੱਕ ਚੱਲੀ ਹੈ, ਮੁਆਵਜ਼ਾ ਨਹੀਂ ਪਹੁੰਚਿਆ ਔਰ ਇੰਨੀ ਫਸਲਾਂ ਦਾ ਨੁਕਸਾਨ ਹੋਇਆ, ਬੁਰਾ ਹਾਲ, ਲੋਕਾਂ ਨੂੰ ਪਿੰਡ ਛੱਡਣੇ ਪੈ ਗਏ, ਆਪਦਾ ਪਰਿਵਾਰ ਉੱਜੜ ਗਏ, ਚਾਰੇ ਤੱਕ ਪਸ਼ੂਆਂ ਨੂੰ ਚਾਰਾ ਨਹੀਂ ਪਹੁੰਚ ਸਕਿਆ, ਸਾਰਾ ਕੁਛ ਹੀ ਰੁੜ ਗਿਆ। ਮਗਰ ਨਾ ਮੁੱਖ ਮੰਤਰੀ ਸਾਹਿਬ ਆਏ, ਨਾ ਖਜ਼ਾਨਾ ਮੰਤਰੀ ਸਾਹਿਬ ਆਏ, ਔਰ ਜਿਹੜੇ ਮੰਤਰੀ ਆਏ ਆ ਉਹ ਵੀ ਉਸ ਵੇਲੇ ਆਏ ਆ ਜਦੋਂ ਸਾਰਾ ਨੁਕਸਾਨ ਤਾਂ ਹੋ ਚੁੱਕਿਆ ਸੀ, ਅਤੇ ਅੱਜ ਤੱਕ ਜੇ ਆਏ ਤਾਂ ਕੁਛ ਲੈ ਕੇ ਆਉਂਦੇ, ਇਕੱਲਾ ਇੱਕ ਫੋਟੋ ਖਿਚਾਉਣ ਆ ਗਏ ਅਤੇ ਫੋਟੋ ਖਿਚਾ ਕੇ ਪਾਰ ਜਾਣਾ। ਜੇ 17-18 ਦਾ ਮੁਆਵਜ਼ਾ ਨਹੀਂ ਮਿਲਿਆ ਤਾਂ 19 ਦਾ ਕੀ ਆਸ ਰੱਖੋ? ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।